ਦੇਖ ਰਹੇ ਹੋ ਪੰਜਾਬੀ ਗਰੂਵਸ, ਤਾਂ ਜੀ ਫਿਲਮ ਰਿਲੀਜ਼ ਹੋਣ ਵਾਲੀ ਹੈ ਰਾਂਝਾ ਰਿਫਿਊਜੀ। ਇਸ ਫਿਲਮ ਦੀ ਰਿਲੀਜ਼ ਡੇਟ ਹੈ 26 ਅਕਤੂਬਰ, ਅਤੇ ਇਸ ਫਿਲਮ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਹਨ ਮਿਸਟਰ ਹੈਂਡਸਮ ਰੋਸ਼ਨ ਪ੍ਰਿੰਸ ਜੀ ਅਤੇ ਮਿਸ ਬਿਊਟੀਫੁਲ ਸਾਨਵੀ ਦੀਮਨ ਜੀ। ਭਾਈ ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਮੈਮ। ਭਾਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਸ਼ੁਰੂ ਕਰੀਏ, ਤਾਂ ਤੁਸੀਂ ਐਕਟਰ ਤਾਂ ਹੋਈ, ਸਿੰਗਰ ਵੀ ਬਣ ਗਏ, ਪ੍ਰੋਡਿਊਸਰ ਵੀ ਬਣ ਗਏ, ਅਤੇ ਸਭ ਤੋਂ ਵੱਡੀ ਚੀਜ਼ ਤੁਹਾਡੇ ਕੋਲ ਕੈਨੇਡਾ ਦੀ ਪੀ ਆਰ ਵੀ ਹੈਗੀ ਹੈ। ਹੋਰ ਕੁਛ ਰਹਿ ਗਿਆ ਲਾਈਫ 'ਚ ਲੈਣ ਵਾਸਤੇ? ਨਹੀਂ, ਹੁਣ ਦੇਖੋ ਜੀ, ਜਿੰਨਾ ਪਿਆਰ ਮਿਲੇ ਆਡੀਅੰਸ ਤੋਂ ਥੋੜ੍ਹਾ ਹੁੰਦਾ, ਹੋਰ ਮਿਲੇ ਸਾਡੀ ਇਸ ਫਿਲਮ ਨੂੰ, ਉਹ ਹਜੇ ਰਹਿ ਗਿਆ 26 ਅਕਤੂਬਰ। ਅਤੇ ਭਾਅ ਜੀ 12 ਸਪਤੰਬਰ ਨੂੰ ਲੇਟੈਸਟ ਹੁਣੇ ਤੁਹਾਡਾ ਬਰਥਡੇ ਗਿਆ, ਅਤੇ ਸਾਡੀ ਟੀਮ ਵੱਲੋਂ ਅਤੇ ਆਡੀਅੰਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ। ਅਤੇ ਕਿੰਨੇ ਕੁ ਸਾਲ ਦੇ ਹੋ ਗਏ? 21ਵਾਂ ਮਨਾਇਆ ਜੀ ਉਸ। ਅੱਛਾ, ਸਵੀਟ 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 21, ਅਤੇ ਸਾਨੂੰ ਇਹ ਲੱਗਦਾ ਤੁਸੀਂ ਇਹਨਾਂ ਤੋਂ ਵੱਡੇ ਹੋ। ਹਾਂਜੀ, ਚਲੋ ਵੈਸੇ ਤਾਂ ਕੁੜੀਆਂ ਨਹੀਂ ਆਪਣੀ ਏਜ ਰਿਵੀਲ ਕਰਦੀਆਂ, ਪਰ ਅੱਜ ਸਾਡੇ ਕਦੋਂ ਹੁੰਦਾ ਬਰਥਡੇ ਜੀ? ਰਾਂਝਾ ਰਿਫਿਊਜੀ ਜਦੋਂ ਪਹਿਲੀ ਵਾਰੀ ਟਾਈਟਲ ਸੁਣਿਆ ਸੀ, ਉਦੋਂ ਹੀ ਮਨ ਬਣ ਗਿਆ ਸੀ ਕਿ ਫਿਲਮ ਕਰਨੀ। ਫਿਲਮ ਦਾ ਕੰਸੈਪਟ ਬਹੁਤ ਜ਼ਬਰਦਸਤ ਹੈ, ਅਲੱਗ ਹੈ, ਔਰ ਜਿਹੜੀ ਐਨਰਜੀ ਦੇ ਨਾਲ ਡਾਇਰੈਕਟਰ ਸਾਹਿਬ ਨੇ ਸੁਣਾਇਆ ਸੀਗਾ, ਤਾਂ ਉਹ ਫਿਲਮ ਕਰਨੀ ਵੈਸੇ ਵੀ ਬਣਦੀ ਸੀ। ਸੋ ਕੁਦਰਤੀ ਪਹਿਲੀ, ਕਿਉਂਕਿ ਪਹਿਲੀ ਵਾਰੀ ਉਹਨਾਂ ਨਾਲ ਕੰਮ ਕੀਤਾ, ਪਿਆਰ ਪੈ ਗਿਆ, ਔਰ ਉਸ ਤੋਂ ਬਾਅਦ ਜਦੋਂ ਸੈੱਟ 'ਤੇ ਉਹਨਾਂ ਦਾ ਦੇਖਿਆ, ਬਿਹੇਵੀਅਰ ਦੇਖਿਆ ਆਪਣੇ ਸਾਰੇ ਆਰਟਿਸਟ ਦੇ ਨਾਲ, ਟੈਕਨੀਸ਼ੀਅਨਸ ਦੇ ਨਾਲ, ਇੱਕ ਮਾਹੌਲ ਵਧੀਆ ਸੀ, ਕੋਆਰਡੀਨੇਸ਼ਨ ਸੀ, ਕੋਆਪਰੇਸ਼ਨ ਸੀ, ਜਿਹਦਾ ਰਿਜ਼ਲਟ ਇਹ ਹੋਇਆ ਕਿ ਹੁਣ ਡਬਿੰਗ 'ਤੇ ਜਦੋਂ ਅਸੀਂ ਦੇਖੀਏ ਫਿਲਮ ਬੜੀ ਖੂਬਸੂਰਤ ਲੱਗੀ। ਔਰ ਉਨਾ ਹੀ ਸੋਹਣਾ ਟ੍ਰੇਲਰ ਕੱਟ ਹੋਇਆ, ਅਤੇ ਹੁਣ ਟ੍ਰੇਲਰ 5 ਤਰੀਕ ਨੂੰ ਆ ਜਾਣਾ। ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਬਹੁਤ ਪਸੰਦ ਆਊਗਾ, ਔਰ ਫਿਰ ਤੁਸੀਂ ਸਾਰੇ ਮਨ ਬਣਾਓਗੇ ਕਿ 26 ਅਕਤੂਬਰ ਨੂੰ ਫਿਲਮ ਦੇਖੋ। ਕਈ ਤਾਂ ਪੋਸਟਰ ਦੇਖ ਕੇ ਵੀ ਬਣਾ ਲੈਂਦੇ ਨੇ, ਬਿਲਕੁਲ, ਬਟ ਮੋਸਟਲੀ ਸਾਡੀ ਆਡੀਅੰਸ ਜਿਹੜੀ ਉਹ ਟ੍ਰੇਲਰ ਦੇਖ ਕੇ ਮਨ ਬਣਾਉਂਦੀ ਫਿਲਮ ਦੇਖਣ ਜਾਣਾ ਜਾਂ ਨਹੀਂ ਜਾਣਾ। ਸੋ ਤੁਸੀਂ ਆਪਣੇ ਰਿਵਿਊਜ਼ ਜ਼ਰੂਰ ਦੱਸਿਓ ਜਦੋਂ ਇਹ ਟ੍ਰੇਲਰ ਆ ਗਿਆ 5 ਤਰੀਕ ਨੂੰ। ਸੋ ਸਾਨੂੰ ਲੱਗਦਾ ਕਿ ਤੁਹਾਨੂੰ ਪਸੰਦ ਆਏ। ਅਤੇ ਸਾਨਵੀ ਮੈਮ, ਰੁਪਿੰਦਰ ਗਾਂਧੀ 2 ਇੱਕ ਸਟੋਰੀ ਸੀਗੀ ਗੈਂਗਸਟਰ ਦੇ ਉੱਤੇ ਬੇਸਡ, ਅਤੇ ਉਸ ਤੋਂ ਬਾਅਦ ਹੁਣ ਤੁਸੀਂ ਜਿਹੜੀ ਆ ਫਿਲਮ ਕਰ ਰਹੇ ਹੋ, ਪੋਸਟਰ ਤੋਂ ਲੱਗ ਰਿਹਾ ਕਿ ਬੜੀ ਰੰਗੀਨ ਜਿਹੀ ਸਟੋਰੀ ਹੈ, ਮਤਲਬ ਥੋੜ੍ਹੀ ਯੂਨੀਕ ਵੀ ਹੈਗੀ ਹੈ, ਅਤੇ ਕੀ ਤੁਹਾਨੂੰ ਡਿਫਰੈਂਸ ਫੀਲ ਹੋਇਆ ਵੀ ਜਿਵੇਂ ਗੈਂਗਸਟਰ ਦੀ ਸਟੋਰੀ ਕਰਦਿਆਂ ਹੋਇਆ ਉਸ ਤੋਂ ਬਾਅਦ ਤੁਸੀਂ ਇੱਕ ਇਹ ਰੋਮਾਂਟਿਕ ਕਾਮੇਡੀ ਵੀ ਕਹਿ ਰਹੇ ਇਹਨੂੰ ਵਿੱਚ ਹੋਏਗੀ, ਅਤੇ ਕੀ ਤੁਹਾਨੂੰ ਡਿਫਰੈਂਸ ਲੱਗਿਆ ਦੋਨਾਂ ਦਾ? ਓਬਵੀਅਸਲੀ ਜੀ, ਡਿਫਰੈਂਟ ਆ ਉਸ ਫਿਲਮ ਤੋਂ, ਇਹ ਵਾਲਾ ਫਿਲਮ ਦਾ ਜ਼ੋਨਰ ਬਹੁਤ ਜ਼ਿਆਦਾ ਡਿਫਰੈਂਟ। ਇਸ ਜਿਹੜੀ ਕੁੜੀ ਆ ਉਹ ਮੁੰਡੇ ਨੂੰ ਪਿਆਰ ਕਰਦੀ ਆ, ਔਰ ਐਕਸਪ੍ਰੈਸ ਵੀ ਕਰਦੀ ਆ ਆਪਣੇ ਆਪ ਨੂੰ, ਔਰ ਉਹਨਾਂ ਵਿਆਹ ਕਰਾਉਣਾ ਚਾਹੁੰਦੀ ਹੈ। ਬੜੀ ਵਧੀਆ ਸਟੋਰੀ ਹੈ ਇਸ ਫਿਲਮ 'ਚ, ਕੋਮੇਡੀ ਵੀ ਆ ਬਹੁਤ, ਔਰ ਉਹ ਬਿਨਾਂ ਮਾਂ ਬਾਪ ਦੀ ਧੀ ਆ, ਉਹਦੇ ਵਿੱਚ ਅੰਦਰ ਇਹ ਵੀ ਡਰ ਆ ਕਿ ਮੇਰੇ ਘਰਦਿਆਂ 'ਤੇ ਕੋਈ ਗੱਲ ਨਾ ਹੋ ਜਾਵੇ। ਬਹੁਤ ਅੱਛੇ ਸ਼ੇਡ ਆ ਇਸ ਫਿਲਮ ਦੇ ਵਿੱਚ, ਬਾਕੀ ਦੇਖਣ 'ਤੇ ਹੀ ਪਤਾ ਲੱਗੂਗਾ ਸਾਰਿਆਂ ਨੂੰ, ਮੈਂ ਜ਼ਿਆਦਾ ਨਹੀਂ ਦੱਸੂਗੀ। ਅਤੇ ਰੋਸ਼ਨ ਭਾਈ, ਵੈਸੇ ਤਾਂ ਤੁਹਾਡਾ ਨਾਮ ਵੀ ਰੋਸ਼ਨ ਹੈ ਔਰ ਪੰਜਾਬੀ ਇੰਡਸਟਰੀ ਨੂੰ ਤੁਸੀਂ ਰੋਸ਼ਨ ਕਰ ਚੁੱਕੇ ਹੋ, ਤਾਂ ਕੈਨੇਡਾ ਦੇ ਵਿੱਚ ਵੀ ਤੁਸੀਂ ਆਪਣੀ ਫਿਲਮ ਬਾਰੇ ਦੱਸਿਆ ਹੋਣਾ ਸਾਰਿਆਂ ਨੂੰ, ਤਾਂ ਕੀ ਰਿਐਕਸ਼ਨ ਸੀਗਾ ਤੁਹਾਡੇ ਫਰੈਂਡਸ ਐਂਡ ਫੈਮਿਲੀ ਦਾ? ਨਹੀਂ, ਮੈਂ ਜ਼ਿਆਦਾ ਨਹੀਂ ਦੱਸਿਆ ਜੀ ਇਹਦੇ ਬਾਰੇ। ਅੱਛਾ, ਲੁਕੋ ਵੀ ਰੱਖਿਆ ਹਲੇ ਕੰਮ? ਹਾਂਜੀ, ਮੈਂ ਨਹੀਂ ਹਜੇ ਤੱਕ ਦੱਸਿਆ, ਇਹ ਤਾਂ ਹੁਣ ਜਦੋਂ ਰਿਵੀਲ ਹੋਣਗੀਆਂ ਸਾਰੀਆਂ ਚੀਜ਼ਾਂ ਆਪਣੇ ਆਪ ਸਭ ਨੂੰ ਪਤਾ ਲੱਗ ਹੀ ਜਾਣਾ। ਬਾਕੀ ਆਪਣੇ ਫਰੈਂਡਸ ਅਤੇ ਫੈਮਿਲੀ ਤਾਂ ਹਮੇਸ਼ਾ ਦੁਆਵਾਂ ਦਿੰਦੇ ਆ, ਹਾਂਜੀ, ਸਾਰੀਆਂ ਤੁਹਾਡੇ ਅਪਸ ਐਂਡ ਡਾਊਨਸ ਤੁਹਾਡੇ ਨਾਲ ਖੜ੍ਹਦੇ ਨੇ। ਅਤੇ ਕਦੀ ਕਦੀ ਸਰਕਾਜ਼ਮ ਵੱਜ ਜਾਂਦੇ ਤੁਹਾਨੂੰ ਜਦੋਂ ਤੁਹਾਡੀ ਇੰਨੀਆਂ ਕੁੜੀਆਂ ਫੈਨ ਫੋਲੋਇੰਗ ਹੁੰਦੀਆਂ, ਘਰ ਵੱਲੋਂ ਕੁਛ ਮਿਲਦਾ ਇੱਦਾਂ ਦਾ ਕੁਛ ਉਹਨਾਂ ਨੂੰ, ਜਾਂ ਸਭ ਕੁਛ ਮਤਲਬ ਐਡਜਸਟੇਬਲ ਹੈਗਾ? ਨਹੀਂ ਨਹੀਂ, ਬਹੁਤਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਅੱਧੇ ਰਿਪਲਾਈ ਤਾਂ ਮੇਰੀ ਘਰ ਵਾਲੀ ਕਰ ਜਾਂਦੀ। ਅੱਛਾ, ਸਰ ਸੁਣ ਲਓ ਜੀ, ਇੱਕ ਇਹ ਵਾਲੀ ਲਾਈਨ ਇੱਕ ਵਾਰੀ ਨਾ ਦੁਬਾਰਾ ਜ਼ਰਾ ਜ਼ੋਰ ਦੀ, ਹੋਰ ਸੁਣਾਓ ਕੀ ਹਾਲ ਚਾਲ ਜੀ। ਬਹੁਤ ਹੀ ਇੱਕ ਅਹਿਮ ਚੀਜ਼ ਸਾਨੂੰ ਅੱਜ ਜਾਣਨ ਨੂੰ ਮਿਲੀ ਹੈ, ਠੀਕ ਹੈ, ਅਤੇ ਰੋਸ਼ਨ ਭਾਜੀ ਦੀ ਜਿੰਨੇ ਵੀ ਫੈਨ ਫੋਲੋਇੰਗ ਹੈਗੀ ਹੈ ਉਹਨਾਂ ਸਾਰਿਆਂ ਨੂੰ ਇਹ ਚੀਜ਼ ਬੜੇ ਧਿਆਨ ਨਾਲ ਸੁਣਨੀ ਪੈਣੀ ਹੈ। ਅਤੇ ਸਾਨਵੀ ਮੈਮ, ਤੁਹਾਡੇ 'ਤੇ ਦੁਬਾਰਾ ਆਈਏ, ਜਿਮ ਲਵਰ ਤਾਂ ਤੁਸੀਂ ਹੋ ਹੀ, ਅਤੇ ਆਪਾਂ ਪੋਸਟਰ ਵੀ ਦੇਖਿਆ, ਅਤੇ ਮੈਮ ਕੀ ਚੇਂਜ ਲਿਆਉਣਾ ਪਿਆ ਤੁਹਾਨੂੰ ਆਪਣੀ, ਕਿਉਂਕਿ ਜਦੋਂ ਤੁਸੀਂ ਐਕਟਿੰਗ ਲਾਈਨ ਦੇ ਵਿੱਚ ਆ ਜਾਂਦੇ ਹੋ ਨਾ, ਤੁਸੀਂ ਡਾਇਰੈਕਟਰ ਦੇ ਹਿਸਾਬ ਨਾਲ, ਮਤਲਬ ਸਟੋਰੀ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਪੈਂਦਾ, ਅਤੇ ਕੀ ਤੁਹਾਨੂੰ ਮਤਲਬ ਸਟਰਗਲ ਕਰਨਾ ਪਿਆ ਆਪਣੇ ਬੋਡੀ ਦੇ ਨਾਲ, ਕਿਵੇਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਪਿਆ? ਆਈ ਥਿੰਕ ਲੁੱਕ 'ਤੇ ਜ਼ਿਆਦਾ ਕੰਮ ਕੀਤਾ ਗਿਆ, ਬਿਕੋਜ਼ ਪੁਰਾਣੇ ਪੀਰੀਅਡ ਦੀ ਸੀ, ਔਰ
ਉਸ ਟਾਈਮ 'ਚ ਕੁੜੀਆਂ ਜਿੱਦਾਂ ਬਿਹੇਵ ਕਰਦੀਆਂ ਸੀਗੀਆਂ, ਜਿੱਦਾਂ ਗੱਲ ਕਰਦੀਆਂ ਹੁੰਦੀਆਂ ਸੀਗੀਆਂ, ਉਸ ਨੂੰ ਮੇਰੇ ਡਾਇਰੈਕਟਰ ਅਵਤਾਰ ਜੀ ਨੇ ਬਹੁਤ ਤਰੀਕੇ ਨਾਲ ਸਮਝਾਇਆ, ਉਹਨਾਂ ਨੂੰ ਸਮਝ ਲੱਗੀ ਉਹ ਚੀਜ਼, ਅਸੀਂ ਉਹਨੂੰ ਹੀ ਫੋਲੋ ਕੀਤਾ। ਹੋਰ ਕਿ ਬਾਡੀ 'ਤੇ ਕੋਈ ਇੱਦਾਂ ਦਾ ਵਰਕ ਜ਼ਿਆਦਾ ਕੁਛ ਕਰਨ ਦੀ ਲੋੜ ਨਹੀਂ ਪਈ, ਬਿਕੋਜ਼ ਨੋਰਮਲ ਉਸ ਟਾਈਮ ਕੁੜੀਆਂ ਇੱਦਾਂ ਦੀਆਂ ਹੁੰਦੀਆਂ ਸੀ ਪਤਲੀਆਂ, ਉਵੇਂ ਦੀ ਬਾਡੀ ਇਸ 'ਚ ਰਹੀ ਆ। ਮੋਸਟ ਆਫ ਦਾ ਟਾਈਮ ਇਹੀ ਸੀਗਾ ਕਿ ਉਸ ਪੁਰਾਣੇ ਜ਼ੋਨ ਦੇ ਵਿੱਚ ਹੀ ਰਹਿਣਾ ਵਾ, ਉਹ ਜਿੱਦਾਂ ਕੁੜੀਆਂ ਤੁਰਦੀਆਂ ਸੀ, ਗੱਲ ਕਰਦੀਆਂ ਸੀ, ਸ਼ਰਮਾਉਂਦੀਆਂ ਸੀ, ਉਹ ਚੀਜ਼ ਨੂੰ ਫੋਲੋ ਕੀਤਾ। ਅਤੇ ਰੋਸ਼ਨ ਭਾਅ ਜੀ, ਇਸ ਫਿਲਮ ਦੇ ਵਿੱਚ ਤੁਹਾਡੇ ਕਿੰਨੇ ਕੁ ਗਾਣੇ ਆ ਰਹੇ ਹਨ? ਗਾਣੇ ਸਿਰਫ 2 ਜੀ, ਉਹ ਵੀ ਡੁਇਟ ਨੇ, ਇਕੱਲੇ ਦਾ ਮੇਰਾ ਕੋਈ ਗਾਣਾ ਨਹੀਂ, ਮੰਨਤ ਨੂਰ ਜੀ ਦੇ ਨਾਲ, ਔਰ ਦੂਸਰਾ ਹੈਗਾ ਫਿਰੋਜ਼ ਖਾਨ ਭਾਅ ਜੀ। ਅੱਛਾ, ਸੋਲੋ 2 ਗਾਣੇ ਆ, ਜਿਨ੍ਹਾਂ 'ਚੋਂ ਇੱਕ ਕਰਮਜੀਤ ਅਨਮੋਲ ਜੀ ਨੇ ਗਾਇਆ ਔਰ ਦੂਸਰਾ ਨੇ ਸਤਿਜੀਤ ਗਾਇਆ। ਅਤੇ ਮਤਲਬ ਹੁਣ ਮੈਂ ਤੁਹਾਨੂੰ ਪੁੱਛਾਂ ਇੱਕ, ਮਤਲਬ ਪਰਸਨਲ ਕੁਐਸਚਨ ਹੈ ਕਿ ਪ੍ਰੋਡਿਊਸਰ ਤਾਂ ਤੁਸੀਂ ਬਣ ਹੀ ਚੁੱਕੇ ਹੋ, ਅਤੇ ਐਜ਼ ਅ ਪ੍ਰੋਡਿਊਸਰ ਇੱਕ ਫਿਲਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿਸ ਨਜ਼ਰੀਏ ਨਾਲ ਦੇਖਦੇ ਹੋ, ਕੀ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ, ਅਤੇ ਕੀ ਤੁਹਾਡੀਆਂ ਐਕਸਪੈਕਟੇਸ਼ਨਸ ਹੁੰਦੀਆਂ? ਪ੍ਰੋਡਿਊਸਰ ਨੂੰ ਤਾਂ ਸਭ ਤੋਂ ਵੱਡੀ ਕੋਈ ਟੈਨਸ਼ਨ ਹੁੰਦੀ ਹੈ ਕਿ ਬਜਟ ਦੇ ਵਿੱਚ ਫਿਲਮ ਬਣ ਜਾਵੇ। ਅੱਛਾ, ਜਿੰਨਾ ਘੱਟ ਤੋਂ ਘੱਟ ਬਜਟ ਹੋਊਗਾ ਓਨਾ ਹੀ ਕਵਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਹਾਂਜੀ, ਜਦੋਂ ਮੈਂ ਫਿਲਮ ਬਣਾਈ ਸੀ, ਮੈਂ ਵੀ ਇਸੇ ਚੀਜ਼ ਨੂੰ ਲੈ ਕੇ ਸਾਹਮਣੇ ਸੀਗਾ ਕਿ ਮੈਂ ਓਵਰ ਮੇਰਾ ਖਰਚਾ ਨਾ ਹੋਵੇ, ਉਹਦੇ ਕਰਕੇ ਮੈਂ ਫਸ ਜਾਂ ਅਤੇ ਮੈਂ ਕੱਲ੍ਹ ਫਿਲਮ ਰਿਲੀਜ਼ ਨਾ ਕਰ ਪਾਵਾਂ, ਪਰ ਅਸੀਂ ਉਸ ਚੀਜ਼ ਤੋਂ ਬਚ ਕੇ ਵਧੀਆ ਹੋਇਆ ਕੰਮ। ਇਹੀ ਚੀਜ਼ ਮੈਂ ਇਸ ਫਿਲਮ ਦੇ ਵਿੱਚ ਦੇਖੀ ਆ। ਜਿਹੜੇ ਅਵਤਾਰ ਜੀ, ਇਹਨਾਂ ਦੇ ਐਕਸਪੀਰੀਅੰਸ ਬਹੁਤ ਜ਼ਿਆਦਾ ਬੋਲੀਵੁੱਡ ਦੇ ਵਿੱਚ, ਕਿੰਨੀਆਂ ਸਾਰੀਆਂ ਫਿਲਮਾਂ ਇਹਨਾਂ ਨੇ ਐਜ਼ ਅਸਿਸਟੈਂਟ ਡਾਇਰੈਕਟਰ, ਐਜ਼ EP, ਐਜ਼ ਪ੍ਰੋਡਕਸ਼ਨ ਕੰਟਰੋਲਰ ਕੀਤੀਆਂ, ਇੱਥੇ ਫਿਲਮਾਂ ਡਾਇਰੈਕਟ ਕੀਤੀਆਂ, ਇੱਕ ਐਕਸਪੀਰੀਅੰਸ ਹੁੰਦਾ ਨਾ ਉਸ ਚੀਜ਼ ਦਾ। ਹੁਣ ਮੇਰੇ ਖਿਆਲ, ਮੈਨੂੰ ਇਹ ਲੱਗਦਾ ਕਿ ਪਹਿਲੀ ਇੱਦਾਂ ਦੀ ਪੰਜਾਬੀ ਫਿਲਮ ਹੋਣੀ ਹੈ ਜਿਹਦੇ 'ਚ ਪ੍ਰੋਡਿਊਸਰ ਨੂੰ ਜਿਹੜਾ ਬਜਟ ਦਿੱਤਾ ਗਿਆ ਸੀ ਅਵਤਾਰ ਜੀ ਨੇ, ਉਹ ਤੋਂ ਵੀ ਘੱਟ ਫਿਲਮ ਕੀਤੀ ਔਰ ਉਹਨਾਂ ਨੂੰ ਪੈਸੇ ਬਚਾ ਕੇ ਦਿੱਤੇ, ਔਰ ਬਿਲਕੁਲ ਇੱਕ ਐਕਸਪੀਰੀਅੰਸ ਬੰਦਾ ਹੀ ਕਰ ਸਕਦਾ। ਡੇਜ਼ ਵੀ ਘੱਟ ਲੱਗੇ। ਹਾਂਜੀ, ਆ ਉਹ ਦੱਸ ਰਹੇ ਸੀ, ਪਤਾ ਚੱਲਿਆ ਕਿ ਬੜੀ ਹੀ ਸਪੀਡ ਦੇ ਵਿੱਚ ਇਹਦੇ ਨਾਲ ਤੁਹਾਨੂੰ ਮੋਟੀਵੇਟ ਕਰਕੇ ਰੱਖ ਲਿਆ। ਸਪੀਡ ਦੇ ਨਾਲ ਨਾਲ ਕੁਆਲਿਟੀ ਵੀ ਹੈ। ਐਗਜ਼ੈਕਟਲੀ, ਮਤਲਬ ਇਹ ਨਹੀਂ ਕਿ ਆਪਾਂ ਫਾਹਾ ਵੜ ਤਾਂ ਖਤਮ ਕਰਤਾ ਕੰਮ, ਕੁਆਲਿਟੀ ਮੇਨਟੇਨ ਰੱਖੀ। ਅਤੇ ਸਾਨੀਅਮ ਰੁਪਿੰਦਰ ਗਾਂਧੀ 2 ਜਦੋਂ ਤੁਸੀਂ ਫਿਲਮ ਕੀਤੀ ਔਰ ਮਤਲਬ ਹਿੱਟ ਵੀ ਗਈ ਉਹ ਫਿਲਮ, ਅਤੇ ਕੀ ਫੀਲਿੰਗ ਆਉਂਦੀ ਹੈ ਜਦੋਂ ਆਪਾਂ ਪਹਿਲੀ ਹੋਈ ਫਿਲਮ ਇੱਦਾਂ ਦੀ ਕਰਦੇ ਹਾਂ ਜਿਹਦੇ ਵਿੱਚ ਦੇਵ ਖਰੋੜ ਜੀ ਨਾਲ ਤੁਸੀਂ ਆਏ ਹੋ, ਅਤੇ ਆਉਂਦਿਆਂ ਹੀ ਤੁਹਾਨੂੰ ਪਬਲਿਕ ਵੱਲੋਂ ਭਰਵਾਂ ਹੁੰਗਾਰਾ ਮਿਲ ਜਾਂਦਾ ਅਤੇ ਐਕਸਪੈਕਟੇਸ਼ਨਸ ਵੀ ਵੱਧ ਜਾਂਦੀਆਂ, ਅਤੇ ਕਿਵੇਂ ਦਾ ਫੀਲ ਕੀਤਾ ਤੁਸੀਂ ਉਸ ਟਾਈਮ? ਬਹੁਤ ਵਧੀਆ ਫੀਲ ਹੋਇਆ ਸੀ, ਉਹਦੇ ਹੀ ਬਦੌਲਤ ਸ਼ਾਇਦ ਮੈਨੂੰ ਦੂਸਰੀ ਫਿਲਮ ਮਿਲੀ। ਹਾਂਜੀ, ਓਬਵੀਅਸਲੀ ਉਸ ਫਿਲਮ ਨੂੰ ਵੀ ਡਾਇਰੈਕਟਰ ਅਵਤਾਰ ਸਰ ਨੇ ਕੀਤਾ ਸੀਗਾ, ਅਤੇ ਉਹਨਾਂ ਨੂੰ ਸਾਡੀ ਬੌਂਡਿੰਗ ਬਹੁਤ ਵਧੀਆ ਬਣ ਗਈ ਉਸ ਟੀਮ ਦੇ ਨਾਲ, ਮੇਰੀ ਬੌਂਡਿੰਗ ਬਹੁਤ ਵਧੀਆ ਬਣ ਗਈ, ਅਤੇ ਮੈਨੂੰ ਸੈਕਿੰਡ ਫਿਲਮ ਆਫਰ ਹੋਈ ਅਤੇ ਮੈਂ ਹੁਣ ਸੈਕਿੰਡ ਫਿਲਮ ਜਾ ਰਹੀ ਹਾਂ। ਅਤੇ ਇਹਨੂੰ ਹੀ ਕੰਟੀਨਿਊ ਕਰਦੇ ਹਾਂ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਾਂਗਾ ਕਿ ਇਸ ਫਿਲਮ ਦੀ ਜਿਹੜੀ ਸਟਾਰ ਕਾਸਟ ਆ ਉਹ ਲਾਵਾਂ ਫੇਰੇ ਵਾਲੀ ਹੈ, ਅਤੇ ਲਾਵਾਂ ਫੇਰੇ ਦੇ ਵਿੱਚ ਤੁਹਾਨੂੰ ਪਤਾ ਕਿੰਨੀਆਂ ਰੌਣਕਾਂ ਲਾਈਆਂ ਸੀ ਸਟਾਰ ਕਾਸਟ, ਅਤੇ ਇਸ ਸਟਾਰ ਕਾਸਟ ਦੇ ਵਿੱਚ ਤੁਹਾਨੂੰ ਐਡਜਸਟ ਹੋਣ 'ਤੇ ਕਿੰਨਾ ਕੁ ਟਾਈਮ ਲੱਗਿਆ? ਵੈਸੇ ਤਾਂ ਆਪਾਂ ਕਰਮਜੀਤ ਸਰ ਨੂੰ ਵੀ ਪੁੱਛਿਆ ਸੀ ਤਾਂ ਉਹ ਕਹਿੰਦੇ ਸੀ ਆਪਾਂ ਤਾਂ ਬਿਲਕੁਲ ਵੀ ਟਾਈਮ ਨਹੀਂ ਲਾਉਂਦੇ ਕਿਸੇ ਨੂੰ ਐਡਜਸਟ ਕਰਨ ਨੂੰ, ਨਾਲ ਹੀ ਆਪਣੇ ਨਾਲ ਪੂਰਾ ਰੰਗ ਮੇਲਾ ਜਤਾ ਲਿਆ। ਬਿਲਕੁਲ ਸਹੀ ਕਿਹਾ ਉਹਨਾਂ ਨੇ, ਮੈਂ ਸਿਰਫ ਕਰਮਜੀਤ ਜੀ ਨਾਲ ਕੰਮ ਕੀਤਾ ਇਸ ਫਿਲਮ ਦੇ ਵਿੱਚ, ਰੂਪੀ ਮੈਮ ਸੀਗੇ ਉਹ ਮੇਰੇ ਭੂਆ ਜੀ ਦਾ ਕਰੈਕਟਰ ਕਰ ਰਹੇ, ਔਰ ਬਹੁਤ ਹੀ ਸੀਨੀਅਰ ਆਰਟਿਸਟ ਆ ਮੇਰੇ ਤੋਂ, ਔਰ ਬਹੁਤ ਕੰਫਰਟੇਬਲ ਫੀਲ ਕਰਾਇਆ ਉਹਨਾਂ ਨੇ ਸੈੱਟ 'ਤੇ, ਈਵਨ ਰੋਸ਼ਨ ਜੀ ਨੇ ਵੀ ਬਹੁਤ ਕੰਫਰਟੇਬਲ ਫੀਲ ਕਰਾਇਆ। ਮੈਨੂੰ ਇੱਦਾਂ ਨਹੀਂ ਲੱਗਾ ਕਿ ਮੈਂ ਕਿਸੇ ਬਾਹਰ ਬੰਦੇ ਨਾਲ ਕੰਮ ਕਰ ਰਹੀ ਹਾਂ, ਬਹੁਤ ਜ਼ਿਆਦਾ ਹੀ ਸੀਨੀਅਰ ਬੰਦੇ ਆ ਮੇਰੇ ਔਰ ਮੈਨੂੰ ਕੰਫਰਟੇਬਲ ਫੀਲ ਨਹੀਂ ਕਰਾ ਰਹੇ। ਅਤੇ ਸਰ, ਅਨੀਤਾ ਮੈਮ ਨਾਲ ਤੁਸੀਂ ਪਹਿਲਾਂ ਵੀ ਕੰਮ ਕੀਤਾ ਹੈ 2009 'ਚ, ਸ਼ਾਇਦ ਤੁਸੀਂ ਕਹਿ ਰਹੇ ਸੀ ਤੁਹਾਡੀ ਪਹਿਲੀ ਫਿਲਮ ਸੀ, ਅਤੇ ਉਹਨਾਂ ਨਾਲ ਪਹਿਲੀ ਫਿਲਮ, ਅਤੇ ਹੁਣ 9 ਸਾਲ ਬਾਅਦ ਦੁਬਾਰਾ ਹੀ ਉਹਨਾਂ ਨਾਲ ਫਿਲਮ ਕਰਕੇ ਕਿਵੇਂ ਦਾ ਐਕਸਪੀਰੀਅੰਸ ਰਿਹਾ? ਕੁਛ ਪੁਰਾਣੀ ਮੈਮਰੀਜ਼ ਤਾਜ਼ਾ ਕੀਤੀਆਂ ਇੱਕ ਦੂਜੇ ਨਾਲ? ਨਹੀਂ, ਦੀਦੀ ਨੂੰ ਪਹਿਲਾਂ ਵੀ ਮਿਲਦੇ ਰਹੇ ਹਾਂ, ਇਹੋ ਜਿਹੀ ਗੱਲ ਨਹੀਂ ਕਿ ਮਤਲਬ ਉਹ ਫਿਲਮ ਕੀਤੀ ਉਸ ਤੋਂ ਬਾਅਦ ਸਿੱਧੇ ਇੱਥੇ ਹੀ ਮਿਲੇ, ਇਹੋ ਜਿਹੀ ਗੱਲ ਨਹੀਂ, ਬਟ ਬਹੁਤ ਮਜ਼ੇ ਹੋਏ ਆਰਟਿਸਟ ਨੇ ਗਏ, ਅਤੇ ਕਿੰਨਾ ਉਹਨਾਂ ਨੇ ਕੰਮ ਕੀਤਾ ਇੰਡਸਟਰੀ ਦੇ ਵਿੱਚ, ਥੀਏਟਰ ਕੀਤਾ, ਸਿੱਖਣ ਨੂੰ ਮਿਲਦਾ ਉਹ ਜਿਹੜੀਆਂ ਉਸ ਟਾਈਮ ਦੱਸੀਆਂ ਹੋਈਆਂ ਗੱਲਾਂ ਉਹ ਸਾਰੀਆਂ ਫਿਲਮਾਂ 'ਚ ਹੀ ਕੰਮ ਆਈਆਂ, ਅੱਜ ਤੱਕ ਵੀ ਉਹ ਕਰ ਰਹੇ ਹਾਂ। ਸਰ, ਇਨ ਫਿਊਚਰ ਜੇ ਆਪਾਂ ਤੁਹਾਨੂੰ ਪੁੱਛੀਏ ਵੀ ਕਿਸ ਫੀਲਡ ਦੇ ਵਿੱਚ ਤੁਸੀਂ ਜ਼ਿਆਦਾ ਫੋਕਸ ਕਰਨਾ ਚਾਹੋਗੇ, ਜਿਵੇਂ ਤੁਸੀਂ ਵੈਸੇ ਤਾਂ ਇੰਨੀ ਆਲਰਾਊਂਡਰ ਕਹਿਲਾਏ ਜਾਂਦੇ ਹੋ ਤੁਸੀਂ ਪੰਜਾਬੀ ਇੰਡਸਟਰੀ ਦੇ ਵਿੱਚ? ਮੈਂ ਤੁਹਾਨੂੰ ਪਹਿਲੀ ਗੱਲ ਇਹ ਕਹੀ ਜੀ, ਮੈਂ ਵਿਹਲਾ ਨਹੀਂ ਬੈਠਦਾ ਜੀ, ਮੈਨੂੰ ਜੋ ਕੁਛ ਮਿਲ ਜਾਵੇ ਉੱਧਰ ਕਰ ਲੈਣਾ, ਜੇ ਮੰਨ ਲਓ ਮੇਰੇ ਕੋਲ ਫਿਲਮ ਨਹੀਂ ਹੈਗੀ ਮੈਂ ਗਾਣੇ ਕਰ ਲੂੰਗਾ, ਗਾਣੇ ਨੇ ਗਏ ਲਾਈਵ ਸ਼ੋਅ ਕਰ ਲਾਂਗੇ, ਲਾਈਵ ਸ਼ੋਅ ਨਹੀਂ ਹੈਗੇ ਤਾਂ ਲਿਖ ਲਾਂਗੇ, ਮੈਂ ਗੀਤ ਲਿਖ ਵੀ ਲੈਣਾ, ਨਹੀਂ ਤਾਂ ਮਿਊਜ਼ਿਕ ਮੈਂ ਘਰੇ ਸਟੂਡੀਓ ਬਣਾਇਆ, ਮੈਂ ਮਿਊਜ਼ਿਕ ਕਰਦਾ ਰਹਿੰਦਾ, ਇੱਕ ਦਿਨ ਵੀ ਵਿਹਲਾ ਨਹੀਂ ਜਾਣਾ ਚਾਹੀਦਾ ਬੰਦੇ ਨੇ ਕੁਛ ਨਾ ਕੁਛ ਕਰਦੇ। ਅਤੇ ਇਹ ਤਾਂ ਹੋ ਗਿਆ ਤੁਹਾਡੇ ਕੰਮ ਦੀ ਗੱਲ, ਅਤੇ ਆਪਣੇ ਆਪ ਨੂੰ ਐਂਟਰਟੇਨ ਕਰਨ ਵਾਸਤੇ, ਆਪਣੇ ਆਪ ਨੂੰ ਰਿਲੈਕਸ ਕਰਨ ਵਾਸਤੇ ਹੋਰਾਂ ਦਾ ਕੰਮ ਦੇਖੋ, ਉਹਨਾਂ ਨੇ ਫਿਲਮਾਂ ਦੇਖੋ ਵੱਧ ਤੋਂ ਵੱਧ, ਕੁਛ ਨਾ ਕੁਛ ਨਵਾਂ, ਕੋਈ ਰਿਐਕਸ਼ਨ ਹੀ ਕੋਈ ਨਵਾਂ ਲੱਭ ਜਾਂਦਾ ਵੀ ਜੇ ਕਿਸੇ ਨੇ ਆਹ ਡਾਇਲੋਗ ਇਸ ਤਰੀਕੇ ਦਾ ਕੁਛ ਬੋਲਿਆ ਤਾਂ ਤੁਹਾਨੂੰ ਕਿਵੇਂ ਰਿਐਕਟ ਕਰਨਾ ਚਾਹੀਦਾ, ਉਹ ਵੀ ਮਿਲ ਜਾਂਦਾ ਹੈ ਨਾ। ਅਤੇ ਜੇ ਉਹ ਵੀ ਨਹੀਂ ਮੂਡ ਹੈਗਾ ਫਿਰ ਸੌਂ ਜਾਓ, ਚੁੱਪ ਕਰਕੇ ਏਸੀ ਲਾਓ,
ਮੈਨੂੰ ਪੁਰਾਣੇ ਗਾਣੇ ਪੁਰਾਣੀ ਮੂਵੀਜ਼ ਜ਼ਿਆਦਾ ਪਸੰਦ ਆ, ਔਰ ਉਹ ਕੋਸ਼ਿਸ਼ ਕਰਦੀ ਹਾਂ ਦੇਖਣ ਦੀਆਂ, ਸੌ ਜਾਂਦੀ ਹਾਂ, ਹੋਰ ਕੀ ਕਰ ਸਕਦਾ ਮੈਂ। ਸਰ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹਾਂਗਾ ਕਿ ਇੱਕ ਰੋਸ਼ਨ ਪ੍ਰਿੰਸ ਦੀ ਸ਼ੁਰੂਆਤ ਹੋਈ ਸੀ 2006 ਆਵਾਜ਼ ਪੰਜਾਬ ਦੀ ਤੋਂ, ਉਸੇ ਸ਼ੋਅ ਨੂੰ ਜਿੱਤ ਕੇ ਉਸੇ ਸ਼ੋਅ ਦਾ ਵਿਨਰ ਬਣ ਕੇ, ਅੱਜ ਕਿੰਨੀ ਵਾਰੀ ਆਪਾਂ ਦੇਖਦੇ ਹਾਂ ਤੁਸੀਂ ਉਸੇ ਸ਼ੋਅ ਦੇ ਵਿੱਚ ਐਜ਼ ਅ ਜੱਜ ਵੀ ਆਉਂਦੇ ਹੋ, ਅਤੇ ਉਸ ਰੋਸ਼ਨ ਪ੍ਰਿੰਸ ਨੂੰ ਵੇਖ ਕੇ ਅਤੇ ਅੱਜ ਦੀ ਸਟੇਜ ਨੂੰ ਦੇਖ ਕੇ ਤੁਸੀਂ ਆਪਣੇ ਆਪ ਨੂੰ ਕੀ ਫੀਲ ਕਰਦੇ ਹੋ? ਪ੍ਰਾਊਡ ਮੂਮੈਂਟ ਤਾਂ ਹੁੰਦਾ ਹੀ ਆ ਓਬਵੀਅਸਲੀ, ਪਰ ਇਸ ਤੋਂ ਇਲਾਵਾ ਤੁਹਾਨੂੰ ਕਿਵੇਂ ਦੀ ਫੀਲਿੰਗ ਆਉਂਦੀ ਹੈ? ਲੱਕੀ ਫੀਲ ਕਰਦਾ ਕਿ ਮੇਰੇ ਵੱਲ ਦੇਖ ਕੇ ਬਹੁਤ ਸਾਰੇ ਜਿਹੜੇ ਨਵੇਂ ਸਿੰਗਰ ਨੇ ਮੋਟੀਵੇਟ ਹੁੰਦੇ ਆ, ਉਹ ਮੇਰੇ ਤੋਂ ਗਾਈਡੈਂਸ ਲੈਂਦੇ ਨੇ ਜਦੋਂ ਕੰਪੀਟੀਸ਼ਨਸ ਦੇ ਵਿੱਚ ਜਾਂਦੇ ਆ, ਜਦੋਂ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਕਮੈਂਟ ਕਰ ਰਹੇ ਹੁੰਦੇ ਹਾਂ ਜਾਂ ਕੁਛ ਦੱਸ ਰਹੇ ਹੁੰਦੇ ਹਾਂ ਤਾਂ ਆਪਣਾ ਟਾਈਮ ਯਾਦ ਆਉਂਦਾ। ਬਿਲਕੁਲ, ਹੈ ਨਾ, ਵੀ ਇੱਦਾਂ ਇੱਦਾਂ ਇਹੋ ਜਿਹਾ ਕੁਛ ਵੀ ਨਾ ਕਹਿ ਦਈਏ ਵੀ ਕੱਲ੍ਹ ਨੂੰ ਇਹ ਸਾਰੀ ਉਮਰ ਭੁੱਲੇ ਨਾ ਸਕਣ, ਹੈ ਨਾ, ਵੀ ਮੈਨੂੰ ਉਹਨਾਂ ਨੇ ਆਹ ਹੀ ਕਹਿਤਾ ਸੀ। ਅਤੇ ਐਪਰੀਸ਼ੀਏਟ ਕਰੋ ਸਾਰਿਆਂ ਨੂੰ, ਕਿਉਂਕਿ ਹਰ ਬੰਦਾ ਟੈਲੈਂਟਡ ਹੈ, ਕੋਈ ਘੱਟ ਹੈ ਕੋਈ ਵੱਧ ਹੈ, ਪਰ ਐਕਸਪੀਰੀਅੰਸ ਦੇ ਨਾਲ ਸਭ ਨੇ ਨਿਖਰਨਾ ਇੱਕ ਦਿਨ, ਸਭ ਨੂੰ ਐਪਰੀਸ਼ੀਏਟ ਕਰੋ। ਮੈਂ ਚੰਗੇ ਦਿਨਾਂ ਦੇ ਵਿੱਚ ਵੀ ਇਹੋ ਜਿਹਾ ਸੀ, ਮੈਂ ਮਾੜੇ ਦਿਨਾਂ 'ਚ ਵੀ ਇਹੋ ਜਿਹਾ। ਅਤੇ ਗੱਲ ਕਰੀਏ ਹੁਣ ਰਾਂਝਾ ਰੈਫਿਊਜੀ ਦੀ, ਹਾਂਜੀ, ਪਹਿਲਾਂ ਵੀ ਕੀਤੀ ਸੀ, ਪਹਿਲਾਂ ਫਿਰ ਆਪਾਂ ਉਸ ਮੁੜ ਤੁੜ ਕੇ ਆਪਾਂ ਉੱਥੇ ਹੀ ਆਉਣਾ ਜੀ, ਉਹੀ ਸਾਡਾ ਮੇਨ ਫੋਕਸ। ਅਤੇ ਬੇਸਿਕਲੀ ਕਿੱਥੋਂ ਕਿੱਥੋਂ ਦੀ ਲੋਕੇਸ਼ਨ ਤੁਸੀਂ ਚੂਜ਼ ਕੀਤੀ? ਇਹ ਮਾਲਵੇ ਦੀ ਕਹਾਣੀ ਹੈ, ਸੋ ਸਾਨੂੰ ਪੁਰਾਣਾ ਬੈਕਡ੍ਰੋਪ ਚਾਹੀਦਾ ਸੀ ਤਾਂ ਅਸੀਂ ਇਹ ਸ਼ੂਟ ਕੀਤਾ ਗਾਂਧੀ ਨਗਰ। ਅਤੇ ਸ਼ੂਟ ਦੇ ਦੌਰਾਨ ਤੁਹਾਨੂੰ ਕਿਸੇ ਡਿਫੀਕਲਟੀ ਦਾ ਸਾਹਮਣਾ ਗਰਮੀ ਕਰਨਾ ਬਸ ਗਰਮੀ ਉਹ ਤਾਂ ਵੈਸੇ ਮੈਮ ਤੁਹਾਨੂੰ ਕਿਵੇਂ ਦਾ ਲੱਗੇ ਕੋਈ ਪਹਿਲਾਂ ਹੀ ਹੌਟ ਹੋਰ ਗਰਮੀ ਆ ਗਈ ਸੀ? ਨਹੀਂ ਜੀ, ਗਰਮੀ ਵਾਕਈ ਬਹੁਤ ਸੀ ਉੱਥੇ। ਅਤੇ ਟੈਨਿੰਗ ਟੂਨਿੰਗ ਦਾ ਖਤਰਾ ਸੀਗਾ ਪੂਰਾ? ਪੂਰੇ ਜੀ ਕਾਲੇ ਹੋ ਕੇ ਆਏ ਸਾਰੇ ਜਣੇ ਉੱਥੋਂ। ਫੇਰ ਠੀਕ ਹੈ, ਤੇ ਰਾਂਝਾ ਰੈਫਿਊਜੀ ਫੇਰ ਠੀਕ ਹੈ? ਨਹੀਂ ਫੇਰ ਠੀਕ ਹੈ, ਹੁਣ ਤਾਂ ਤੁਸੀਂ ਆਪਣੇ ਆਪ ਨੂੰ ਫੇਰ ਮੇਨਟੇਨ ਕਰ ਲਿਆ, ਸਾਨੂੰ ਪਤਾ ਨਾ ਤੁਸੀਂ ਪ੍ਰੋਪਰ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਿਆ ਹੈ। ਏਜ ਇਹਨਾਂ ਨੇ ਦੱਸੀ ਨਹੀਂ ਹੈ, ਪਰ ਮੈਂ ਦੱਸਦਾ ਕਿ ਕਾਫੀ ਏਜ ਹੋ ਚੁੱਕੀ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਤੋਂ ਬਾਅਦ ਵੀ ਆਪਣੇ ਆਪ ਇਹ ਮਤਲਬ ਪੰਜਾਬੀ ਇੰਡਸਟਰੀ ਦੇ ਨੈਕਸਟ ਅਪਕਮਿੰਗ ਅਨਿਲ ਕਪੂਰ ਵੀ ਬਣਨ ਵਾਲਾ, ਮੈਂ ਤੁਹਾਨੂੰ ਦੱਸ ਰਿਹਾ। ਇੰਨੀ ਜਲਦੀ ਨਾ ਕਹੋ, ਮਤਲਬ ਮੁਰਾਰੀ ਗਿਰਾ ਦੇ। ਨਹੀਂ ਨਹੀਂ, ਮੈਂ ਤਾਂ ਫਿਊਚਰ ਦੱਸ ਰਿਹਾ ਹਾਂ ਪਹਿਲਾਂ ਨਹੀਂ। ਤੇ ਇਸੇ ਫਿਲਮ ਵਾਸਤੇ ਜਿਹੜੀ ਸਟੋਰੀ ਕ੍ਰੀਏਟ ਕਾਫੀ ਏਜ ਹੋ ਚੁੱਕੀ ਹੈ। ਨਹੀਂ ਕਾਫੀ ਉਹ ਤਾਂ ਦੱਸ ਦੇਣਾ ਚਾਹੁੰਦਾ ਕਿ ਕਾਫੀ ਏਜ ਹੋ ਚੁੱਕੀ ਹੈ। ਕਾਫੀ ਇੰਦਾ ਮੈਸ ਵੈਰੀ ਗੁੱਡ, ਮੁਬਾਰਕਾਂ। ਇਹ ਵੈਸੇ ਸਰਕਾਜ਼ਮ ਵੱਜਿਆ ਸੀ ਮੈਨੂੰ। ਤੇ ਸਰ ਇਸ ਫਿਲਮ ਦੀ ਸਟੋਰੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਹੀ ਬਰੀਫ ਦੇ ਵਿੱਚ? ਮੈਨੂੰ ਪਤਾ ਤੁਸੀਂ ਕੁਛ ਨਹੀਂ ਦੱਸਣਾ ਚਾਹੋਗੇ, ਪਰ ਫਿਰ ਵੀ ਛੋਟਾ ਮੋਟਾ ਕੁਛ ਵੀ। ਬਹੁਤ ਵਧੀਆ, ਬਹੁਤ ਵਧੀਆ। ਤੇ ਨਹੀਂ ਆਪਣੀ ਆਡੀਅੰਸ ਨੂੰ ਜਿਵੇਂ ਕੁਛ ਉਹਨਾਂ ਵਾਸਤੇ ਉਹਨਾਂ ਨੂੰ ਵੀ ਕਹਿ ਦੇਣਾ ਜੀ ਬਹੁਤ ਵਧੀਆ। ਵੈਸੇ ਤਾਂ ਉਹਨਾਂ ਨੂੰ ਰੋਸ਼ਨ ਪ੍ਰਿੰਸ ਤੇ ਪੂਰਾ ਮਤਲਬ ਮਾਨ ਕਰਦੇ ਹੋ, ਪਰ ਫਿਰ ਵੀ ਥੋੜਾ ਜਿਹਾ ਤਾਂ ਜਾਣਨਾ ਚਾਹਾਂਗੇ। ਨਹੀਂ ਬਾਕੀ ਹੁਣ ਤੁਹਾਨੂੰ ਇਹ ਟਾਈਟਲ ਤੋਂ ਪਤਾ ਲੱਗ ਜਾਂਦਾ ਰੈਫਿਊਜੀਆਂ ਦਾ ਰਾਂਝਾ, ਰਾਂਝਾ ਸਿੰਘ ਨਾਮ ਆ ਬਿਲਕੁਲ ਕਰੈਕਟਰ ਦਾ, ਔਰ ਪ੍ਰੀਤੋ ਦੇ ਨਾਲ ਉਹ ਪਿਆਰ ਦੇ ਵਿੱਚ ਆ, ਬਟ ਨਾ ਚਾਹੁੰਦੇ ਹੋਏ ਵੀ ਫੌਜ 'ਚ ਭਰਤੀ ਹੋ ਗਿਆ, ਅਤੇ ਫਿਰ ਉਹਦੀ ਲਾਈਫ 'ਚ ਬਹੁਤ ਕੁਛ ਚੱਲਦਾ ਜੀ, ਉਹ ਤਾਂ ਸਾਰਾ ਕੁਛ ਹੁਣ 26 ਨੂੰ ਦੱਸਾਂਗੇ। ਤਾਂ ਸਾਡੀ ਪ੍ਰੀਤੋ ਜੀ ਸਾਨਵੀ ਜੀ ਨੂੰ ਪੁੱਛਦੇ ਹਾਂ ਕਿ ਉਹ ਆਪਣੀ ਆਡੀਅੰਸ ਨੂੰ ਇਸ ਫਿਲਮ ਬਾਰੇ ਕੀ ਮੈਸੇਜ ਦੇਣਾ ਚਾਹਾਂਗੇ, ਵੀ ਇਸ ਫਿਲਮ ਦੇ ਵਿੱਚ ਕੀ ਐਸਾ ਯੂਨੀਕ ਹੈ ਜੋ ਦੇਖਣ ਆ? ਡਿਟੋ ਜੀ ਜੋ ਪ੍ਰਿੰਸ ਲੱਗਿਆ, ਮੈਂ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦੀ, ਤੁਸੀਂ ਇਹ 26 ਅਕਤੂਬਰ ਨੂੰ ਦੇਖਿਓ, ਜ਼ਿਆਦਾ ਬੈਟਰ ਹੈ। ਠੀਕ ਹੈ, ਤਾਂ ਇਹ ਸੀਗਾ ਜੀ ਸਾਡੇ ਨਾਲ ਰਾਂਝਾ ਰੈਫਿਊਜੀ ਮੂਵੀ ਦੀ ਸਟਾਰਕਾਸਟ। ਹੋਰ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਗਰੁੱਪਸ।